ਬਖਸ਼ੀ ਵਾਲੇ ਦੇ ਏਰੀਆ ਵਿੱਚ ਫੜੇ ਗਏ ਸੀ ਸਰ, ਇਹਨਾਂ ਤੋਂ ਪਹਿਲਾਂ ਵੀ ਕੋਈ ਇਸ ਤਰ੍ਹਾਂ ਦਾ ਕੋਈ ਹੈਗਾ? ਹਾਂਜੀ, ਇਹ ਜੋ ਗੈਂਗ ਹੈ ਇਹ ਸਨੈਚਿੰਗ ਤੇ ਲੁੱਟ ਖੋਹ ਦੀ ਵਾਰਦਾਤ ਨੂੰ ਅੰਜਾਮ ਦਿੰਦਾ ਹੈ। ਇਹਨਾਂ ਦਾ ਜੋ ਐਕਟੀਵਿਟੀ ਦਾ ਏਰੀਆ ਹੈ ਨਾਭਾ ਭਵਾਨੀਗੜ੍ਹ ਤੇ ਦੂਰੀ ਦਾ ਏਰੀਆ ਹੈ। ਸਰ, ਪਿਛਲੇ ਕਿੰਨੇ ਲੰਬੇ ਸਮੇਂ ਤੋਂ ਸਨੈਚਿੰਗ ਕਰਦੇ ਆ ਰਹੇ ਸੀ? ਦੇਖੋ, ਇਹਨਾਂ ਦਾ ਅਦਾਲਤ, ਇਹਨਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲੈ ਲਿਆ ਗਿਆ। ਇਹਨਾਂ ਦੀ ਅੱਗੇ ਦੀ ਪੁੱਛਗਿੱਛ ਡੂੰਘਾਈ ਨਾਲ ਕੀਤੀ ਜਾ ਰਹੀ ਹੈ। ਦੇਖੋ, ਇਹਨਾਂ ਨੇ ਇੱਕ ਔਰ ਵਾਰਦਾਤ ਨੂੰ ਅੰਜਾਮ ਦਿੱਤਾ ਸੀਗਾ, ਭਵਾਨੀਗੜ੍ਹ ਦਾ ਏਰੀਆ ਹੈ, ਉੱਥੇ ਇਹਨਾਂ ਨੇ 7 ਲੱਖ ਰੁਪਏ ਦੀ ਲੁੱਟ ਇਹਨਾਂ ਨੂੰ ਅੰਜਾਮ ਦਿੱਤਾ ਸੀ। ਸਰ, ਆਪਸ ਵਿੱਚ ਕਿਸ ਤਰ੍ਹਾਂ ਸੰਪਰਕ ਸੀਗੇ? ਸੋਰੀ, ਆਪਸ ਦੇ ਵਿੱਚ ਕਿਸ ਤਰ੍ਹਾਂ ਸੰਪਰਕ ਦੇ ਨਾਲ ਵਿੱਚ? ਇਹ ਜੋ ਹੈ ਸੰਗਰੂਰ ਤੇ ਨਾਭਾ ਜੇਲ੍ਹ ਵਿੱਚ ਵੀ ਬੰਦ ਰਹੇ ਹਨ ਉਹਨਾਂ ਦੇ, ਉੱਥੇ ਹੀ ਇਹਨਾਂ ਦਾ ਆਪਸੀ ਗਿਰੋਹ ਤਾਂ ਜੇ ਗੈਂਗ ਇਹ ਐਕਟਿਵ ਸੀਗੇ। ਕੋਈ ਹੋਰ ਵੀ ਇਹਨਾਂ ਦੇ ਨਾਲ ਹੋ ਸਕਦੇ ਨੇ ਸਰ, ਟੀਮ ਨਾਲ ਇਹਨਾਂ ਦੀ ਕੁਝ ਤਫਤੀਸ਼ ਜਾ ਰਹੀ ਹੈ? ਤਫਤੀਸ਼ ਜੋ ਸਾਹਮਣੇ ਆਏਗੀ ਉਸਦੇ ਅਕੋਰਡਿੰਗਲੀ ਅੱਗੇ ਦੀ ਕਾਰਵਾਈ ਹੋਣੀ ਹੈ। ਔਰ ਇਹਨਾਂ ਦੇ ਖਿਲਾਫ ਲਗਭਗ 14 ਮੁਕੱਦਮੇ ਦਰਜ ਹਨ। ਕੋਈ ਪਟਿਆਲੇ ਪੁਲਿਸ ਵੱਲੋਂ ਮੁਕੱਦਮਾ ਦਰਜ ਕੀਤਾ ਗਿਆ ਇਹਨਾਂ ਦੇ ਪਹਿਲਾਂ ਕੋਈ ਜੀ, ਪਹਿਲਾਂ ਪਟਿਆਲੇ ਦੇ? ਹਾਂਜੀ, ਜਦੋਂ ਨਾਵੇ ਇਹਨਾਂ ਵਿਖੇ ਵਾਰਦਾਤ ਹੋਈ ਉਸਦੇ ਅਕੋਰਡਿੰਗਲੀ ਮੁਕੱਦਮਾ ਨੰਬਰ 24 ਡੇਟ 17/2/23 ਅੰਡਰ ਸੈਕਸ਼ਨ 379 ਤਫਤੀਸ਼ ਜਾ ਰਹੀ ਹੈ ਜੀ।